ਗੁਰ ਸਮਰੱਥ ਦੇਵ ਗੁਰਪਾਲ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਗ ਅਭੇਵ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਰਲ ਕੇ ਮਨਾ ਰਹੇ ਹਾਂ, ਸ਼ਬਦ ਪੜ੍ਹ ਰਹੇ ਹਾਂ। ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਕਹਿੰਦੇ ਉਸ ਸਮਰੱਥ ਗੁਰੂ ਦੀ ਮਹਿਮਾ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ, ਉਹ ਇਤਨਾ ਬੇਅੰਤ ਹੈ, ਇਤਨਾ ਵੱਡਾ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਭੇਦ, ਅਪਰੰਪਰ ਹੁੰਦਾ ਹੈ ਜਿਸ ਚੀਜ਼ ਦਾ ਅਗਲਾ ਪਾਸਾ ਨਾ ਦਿਸਦਾ ਹੋਵੇ, ਮਤਲਬ ਇਤਨੀ ਪਹੁੰਚ ਤੋਂ ਦੂਰ ਚੀਜ਼ ਹੋਵੇ ਜਿਸ ਚੀਜ਼ ਦਾ ਅਗਲਾ ਪਾਸਾ ਨਾ ਦਿਸੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਇਤਨਾ ਬੇਅੰਤ ਹੈ ਕਿ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ। ਉਸ ਪਾਤਸ਼ਾਹ ਦੀ ਆਪਾਂ ਉਸਤਤ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਛੋਟੀ ਉਮਰ ਹੈ, ਉਸ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠਣਾ ਔਰ ਕੁਝ ਕੁ ਸਾਲਾਂ ਦੇ ਵਿੱਚ ਕਿਤਨੇ ਵੱਡੇ ਕਾਰਜ ਕਰਨਾ ਜ਼ਿੰਦਗੀ ਦੇ ਵਿੱਚ, ਉਹ ਕੋਈ ਸਮਰੱਥ ਗੁਰੂ ਕਰ ਸਕਦਾ ਹੈ। ਆਓ ਸਾਰੇ ਰਲ ਕੇ ਇੱਕ ਵਾਰੀ ਪਹਿਲਾਂ ਉਸ ਪਾਤਸ਼ਾਹ ਨੂੰ ਚੇਤੇ ਕਰੀਏ, ਸ਼ਬਦ ਰੂਪ ਵਿੱਚ ਸਾਰੇ ਉਸ ਮਾਲਕ ਨੂੰ ਯਾਦ ਕਰੀਏ। Yeah.
ਪਿਆਰ
ਬੜੀ ਸਾਰੀ ਸੰਗਤ ਰਲ ਕੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ, ਸਾਰੇ ਰਲ ਕੇ ਪੜ੍ਹੀਏ ਜੀ। ਗੁਰ ਸਮਰੱਥ ਗੁਰ ਸਾਰੇ ਜਪੋ ਗੁਰ ਸਮਰੱਥ ਗੁਰ ਸਮਰੱਥ ਗੁਰੂ ਕਹਿ ਸੰਗਤ ਜੀਓ ਗੁਰਬਾਣੀ ਚ ਸ਼ਬਦ ਆਉਂਦਾ ਹੈ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਬਹੁਤੀ ਵਾਰੀ ਸਾਡਾ ਮਾਇੰਡ ਸੈਟ ਇੱਦਾਂ ਦਾ ਬਣਿਆ ਹੁੰਦਾ ਵੀ ਇਹ ਇਕੱਲਾ ਇੱਕ ਗੀਤ ਹੈ, ਇਹ ਗਾਣਾ ਇੱਕ ਅਸੀਂ ਗਾ ਕੇ ਇੱਕ ਮਿਊਜ਼ਿਕ ਦਾ ਆਨੰਦ ਲੈ ਕੇ ਚਲੇ ਜਾਣਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅੰਦਰੋਂ ਆਪਣੇ ਡੀਪਰ ਲੈਵਲ ਤੋਂ ਇਸ ਨੂੰ ਪੜ੍ਹਨ ਸਮਝਣ ਅਤੇ ਵਿਚਾਰਨ ਦਾ ਯਤਨ ਕਰਾਂਗੇ ਨਾ ਫਿਰ ਅੰਦਰੋਂ ਆਨੰਦ ਬਣੇਗਾ। ਅਵਸਰੇ ਰਲ ਕੇ ਉਸ ਪਿਆਰ ਦੇ ਵਿੱਚ ਅੰਦਰੋਂ ਭਾਵਨਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਸਾਰੇ ਚੇਤੇ ਕਰਦੇ ਹੋਏ ਸਾਰੇ ਪੜ੍ਹੋ ਜੀ। ਗੁਰੂ ਸਮਰੱਥ ਗੁਰੂ ਸਮਰੱਥ ਸਾਰੇ ਜਪੋ ਗੁਰੂ ਸਮਰੱਥ ਛੋਟੀ ਉਮਰ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ 5 ਸਾਲ ਦੇ ਹੋਏ ਤੇ ਉਹਨਾਂ ਨੂੰ ਗੁਰਦਾ ਗੱਦੀ ਤੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬਹੁਤੇ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਇਹ ਤੇ ਛੋਟੇ ਜਿਹੇ ਇੱਕ ਬਾਲਕ ਨੇ। ਆਪਾਂ ਇਹ ਵੀ ਸੁਣਦੇ ਹਾਂ ਕਿ ਬਾਲਾ ਪ੍ਰੀਤਮ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਪਰ ਉਹਨਾਂ ਨੇ ਉਸ ਛੋਟੀ ਉਮਰ ਦੇ ਵਿੱਚ ਉਸ ਕਿਉਂਕਿ ਇਸ ਜੋਤ ਦਾ ਤਲਕ ਜਿਹੜਾ ਹੈ ਉਮਰ ਦੇ ਨਾਲ ਨਹੀਂ, ਕਿਉਂਕਿ ਉਹ ਗੁਰੂ ਦੀ ਜੋਤ ਹੈ। ਉਹੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹੈ। ਜਿਸ ਜੋਤ ਦੇ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਗੱਦੀ ਤੇ ਬਿਰਾਜਮਾਨ ਹੋਏ
ਤੇ ਇਤਿਹਾਸ ਵਿੱਚ ਆਪਾਂ ਸਰਵਣ ਕਰਦੇ ਹਾਂ ਉਹੀ ਪੰਕਤੀਆਂ ਆਪਾਂ ਇੱਥੇ ਗੁਰਬਾਣੀ ਦੇ ਰੂਪ ਵਿੱਚ ਪੜ੍ਹੀਆਂ ਨੇ। ਮਹਾ ਰੋਗ ਵਿਕਰਾਲ ਇਹਨਾਂ ਵਿਦਾਰੋ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ। ਨਾਮ ਦੇ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ, ਇਤਨੀਆਂ ਰਹਿਮਤਾਂ ਕੀਤੀਆਂ ਕਿ ਉਸ ਵੇਲੇ ਦੇ ਲੋਕਾਂ ਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਰੋਗ ਸੀ ਨਾ, ਹਉਮੈ ਦਾ ਰੋਗ, ਹੰਕਾਰ ਦਾ ਰੋਗ, ਉਹ ਮਹਾਰੋਗ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪਾਤਸ਼ਾਹ ਦਿੱਲੀ ਵੱਲ ਨੂੰ ਜਾਂਦੇ ਨੇ, ਰਸਤੇ ਦੇ ਵਿੱਚ ਪੰਜੋਖੜੇ ਦੇ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਪੰਜੋਖੜੇ ਦੇ ਸਥਾਨ ਤੇ ਬੈਠੇ ਨੇ ਤੇ ਪੰਡਿਤ ਲਾਲ ਚੰਦ, ਜਿਹਨੂੰ ਹੰਕਾਰ ਸੀ ਆਪਣੀ ਵਿਦਵਤਾ ਦਾ, ਆਪਣੇ ਗਿਆਨ ਦਾ, ਉਹ ਕਹਿੰਦਾ ਹੈ ਇਹ ਛੋਟੀ ਉਮਰ ਦੇ ਬਾਲਕ ਵੀ ਗੁਰੂ ਹੋ ਸਕਦੇ ਨੇ। ਇਹ ਹਉਮੈ ਦਾ ਰੋਗ ਜਦੋਂ ਬੰਦੇ ਨੂੰ ਲੱਗਿਆ ਹੁੰਦਾ ਹੈ ਨਾ, ਗੁਰਬਾਣੀ 'ਚ ਸ਼ਬਦ ਆਉਂਦਾ ਹੈ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੇ ਜਾਏ। ਕਹਿੰਦੇ ਜਦੋਂ ਤੱਕ ਬੰਦੇ ਨੂੰ ਹਉਮੈ ਦਾ ਰੋਗ ਲੱਗਿਆ ਨਾ, ਇਸ ਸੰਸਾਰ ਵਿੱਚ ਜੰਮਣ ਮਰਨ ਦੇ ਗੇੜ 'ਚ ਪਿਆ ਰਹੇਗਾ, ਇਹ ਸਭ ਤੋਂ ਵੱਡਾ ਰੋਗ ਹੈ। ਤੇ ਪਾਤਸ਼ਾਹ ਕਹਿੰਦੇ ਇਸ ਰੋਗ ਤੋਂ ਨਿਕਲਿਆ ਕਿਵੇਂ ਜਾ ਸਕਦਾ ਹੈ, ਜਿਨ ਤੋਂ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ, ਜਿਹਦੇ ਤੇ ਗੁਰੂ ਬਖਸ਼ਿਸ਼ ਕਰਦਾ ਹੈ ਨਾ, ਗੁਰੂ ਕਿਰਪਾ ਕਰਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਪੰਡਿਤ ਲਾਲ ਚੰਦ ਨੂੰ ਕਹਿੰਦੇ ਜੇ ਅਸੀਂ ਗੀਤਾ ਦੇ ਅਰਥ ਕਰ ਦਿੱਤੇ ਤੇ ਤੈਨੂੰ ਲੱਗੇਗਾ ਕਿ ਸ਼ਾਇਦ ਗੁਰੂ ਨੇ ਤੇ ਗੁਰੂ ਨੇ ਅਰਥ ਕਰ ਦਿੱਤੇ। ਕਹਿੰਦੇ ਤੂੰ ਕੋਈ ਬੰਦਾ ਲੈ ਕੇ ਆ, ਤੂੰ ਕੋਈ ਸਿੱਖ ਲੈ ਕੇ ਆ ਜਿਹੜਾ ਸਮਰੱਥ ਗੁਰੂ ਹੈ ਉਹ ਸਭ ਕੁਝ ਕਰ ਸਕਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਗੰਗੂ ਝੂਰ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ। ਕਿਉਂ? ਕਿਉਂਕਿ ਉਸ ਪੰਡਿਤ ਲਾਲ ਚੰਦ ਜਿਹੜਾ ਅੰਦਰੋਂ ਖਾਲੀ ਸੀ, ਕੋਈ ਅੰਦਰੋਂ ਨਾਮ ਨਾਲ ਗੁਰੂ ਸ਼ਬਦ ਨਾਲ ਭਰਿਆ ਹੋਵੇ ਨਾ, ਜਿਵੇਂ ਕੋਈ ਭਾਂਡਾ ਹੁੰਦਾ ਹੈ ਨਾ ਗੁਰੂ ਪਿਆਰੇ, ਕੋਈ ਵੈਸਲ ਹੁੰਦਾ ਹੈ ਤੇ ਜਿਹਦਾ ਥੱਲਿਓਂ ਕੋਈ ਤਲਾ ਨਾ ਹੋਵੇ ਤੇ ਉਹਨੂੰ ਜਿੰਨਾ ਮਰਜ਼ੀ ਭਰੀ ਜਾਈਏ ਉਹ ਭਰ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਤੱਕ ਸਾਡਾ ਮਨ ਜਿਹੜਾ ਹੈ ਖਾਲੀ ਦਾ ਖਾਲੀ ਹੈ, ਇਹਦੇ ਵਿੱਚ ਨਾਮ ਸ਼ਬਦ ਦਾ ਟਿਕਾ ਨਹੀਂ ਨਾ ਬਣਦਾ, ਇਹਦੇ ਵਿੱਚ ਜੋ ਮਰਜ਼ੀ ਪਾਈ ਜਾਈਏ ਗੁਰੂ ਪਿਆਰਿਓ, ਜਦੋਂ ਤੱਕ ਇਸ ਮਨ ਨੂੰ ਅਸੀਂ ਸ਼ਬਦ ਦੇ ਨਾਲ ਟਿਕਾਵਾਂਗੇ ਨਹੀਂ, ਇਸ ਦਾ ਥੱਲਾ ਨਹੀਂ ਨਾ ਬਣਾਵਾਂਗੇ ਮਨ ਦਾ, ਤੇ ਜੋ ਮਰਜ਼ੀ ਪਾਈ ਗਈ ਹੈ ਇਹਦੇ ਵਿੱਚ ਉਹ ਖਾਲੀ ਦਾ ਖਾਲੀ ਹੈ। ਇਸੇ ਤਰ੍ਹਾਂ ਪੰਡਿਤ ਲਾਲ ਚੰਦ ਅੰਦਰੋਂ ਖਾਲੀ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਭਰਿਆ ਨਹੀਂ ਜਾ ਸਕਦਾ। ਪਾਤਸ਼ਾਹ ਕਹਿੰਦੇ ਤੂੰ ਬੰਦਾ ਲੈ ਕੇ ਆ, ਅਸੀਂ ਉਸ ਨੂੰ ਗੀਤਾ ਦੇ ਅਰਥ ਕਰਾਉਂਦੇ ਹਾਂ। ਤੇ ਜਦੋਂ ਪੰਡਿਤ ਲਾਲ ਚੰਦ ਨੇ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਛੱਜੂ ਝੂਰ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਤੇ ਪਾਤਸ਼ਾਹ ਨੇ ਉਸ ਪੰਡਿਤ ਲਾਲ ਚੰਦ ਦਾ ਜਿਹੜਾ ਹਉਮੈ ਦਾ ਰੋਗ ਸੀ ਨਾ ਉਹ ਕੱਟ ਦਿੱਤਾ। ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ, ਨਾਨਕ ਗੁਰ ਪ੍ਰਸਾਦੀ ਉਭਰੈ ਹਉਮੈ ਸ਼ਬਦ ਜਲਾਏ। ਹਉਮੈ ਕਿਵੇਂ ਦੂਰ ਹੋ ਸਕਦੀ ਹੈ? ਸ਼ਬਦ ਦੇ ਦੁਆਰਾ, ਸ਼ਬਦ ਦੇ ਦੁਆਰਾ ਇਸ ਹਉਮੈ ਨੂੰ ਸਾੜਿਆ ਜਾ ਸਕਦਾ ਹੈ। ਦੂਜੀ ਵੱਡੀ ਗੱਲ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਿੱਲੀ ਵੱਲ ਨੂੰ ਗਏ ਨੇ, ਉਸ ਵੇਲੇ ਉੱਥੇ ਚੇਚਕ ਦੀ ਬਿਮਾਰੀ, ਚਿਕਨ ਪੌਕਸ ਜਿਹੜਾ ਸੀ ਉਸ ਵੇਲੇ ਬਹੁਤ ਸੀਗਾ। ਜਿਵੇਂ ਆਪਾਂ ਦੇਖਿਆ ਨਾ ਕੁਝ ਸਮਾਂ ਪਹਿਲਾਂ ਕੋਵਿਡ-19 ਹੋਇਆ ਤੇ ਕਿੰਨੀ ਵੱਡੀ ਮਹਾਂਮਾਰੀ ਉਸ ਵੇਲੇ ਫੈਲੀ,
ਤੇ ਇਸ ਵੇਲੇ ਵੀ ਆਪਾਂ ਦੇਖਿਆ ਕਿ ਜਿੰਨੇ ਡਾਕਟਰ ਸਨ, ਜਿੰਨੇ ਉਸ ਵੇਲੇ ਕੇਅਰ ਟੇਕਰ ਸਨ, ਸਾਰੇ ਹੱਥ ਖੜੇ ਕਰ ਗਏ ਵੀ ਬੜਾ ਔਖਾ ਸਮਾਂ ਹੈ। ਉਸ ਵੇਲੇ ਛੋਟੀ ਉਮਰ ਦੇ ਵਿੱਚ ਦੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬਿਮਾਰੀ ਦੇ ਇਲਾਜ ਲਈ ਆਪਣੇ ਸਰੀਰ ਦੀ, ਆਪਣੀ ਦੇਹੀ ਦੀ ਪਰਵਾਹ ਨਹੀਂ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ। ਅੱਗੇ ਹੋ ਕੇ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸੀ ਉਹ ਵੀ ਪਿੱਛੇ ਹਟ ਗਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਵਿੱਚ ਬੈਠਿਆਂ ਹੋਇਆ ਉਸ ਬਿਮਾਰੀ ਦੀ, ਲੋਕਾਂ ਦੀ ਆਪ ਹੱਥੀ ਸੇਵਾ ਕੀਤੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੀਜੀ ਵੱਡੀ ਗੱਲ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ 'ਚੋਂ ਸਾਨੂੰ ਪ੍ਰਾਪਤ ਹੁੰਦੀ ਹੈ, ਛੋਟੀ ਉਮਰ ਦੇ ਵਿੱਚ ਪਾਤਸ਼ਾਹ ਦਾ ਜੀਵਨ ਹੈ, ਪਰ ਉਹਨਾਂ ਨੇ ਜਿਹੜੇ ਵੱਡੇ ਕੰਮ ਕਰ ਦਿੱਤੇ ਨਾ, ਅੱਜ ਦੇ ਵੱਡੇ ਵੱਡੇ ਬੰਦੇ ਵੀ ਨਹੀਂ ਕਰ ਸਕਦੇ। ਔਰੰਗਜ਼ੇਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦਾ ਮੱਥਾ ਲਾਉਣਾ, ਔਰੰਗਜ਼ੇਬ ਬਾਦਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਦੀ ਖਵਾਹਿਸ਼ ਜ਼ਾਹਿਰ ਕਰਦਾ ਹੈ ਵੀ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ, ਤੇ ਪਾਤਸ਼ਾਹ ਨੇ ਉਸ ਵੇਲੇ ਕਹਾ ਦਿੱਤਾ ਕਿ ਔਰੰਗਜ਼ੇਬ ਕੋ ਦਰਸ਼ਨ ਨਾਹੀਂ, ਬਈ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਤੇ ਬਾਦਸ਼ਾਹ ਕਹਿੰਦਾ ਮੈਂ ਤੇ ਇਸ ਵੇਲੇ ਦਾ ਬਾਦਸ਼ਾਹ ਤੇ ਤੇ ਛੋਟਾ ਜਿਹਾ ਬੱਚਾ, ਮੈਨੂੰ ਕਿਉਂ ਨਹੀਂ ਦਰਸ਼ਨ ਦੇਵੇਗਾ। ਉਹਨੇ ਫਾਰਸੀ ਦੇ ਵਿੱਚ ਚਾਰ ਅੱਖਰ ਲਿਖ ਕੇ ਨਾ ਤੇ ਭੇਜ ਦਿੱਤੇ, ਕਹਿੰਦੇ ਗੁਰੂ ਨਾਨਕ ਦੇ ਦਰ ਤੋਂ ਮੈਂ ਸੁਣਿਆ ਵੀ ਕਦੇ ਕੋਈ ਖਾਲੀ ਨਹੀਂ ਗਿਆ, ਮੈਂ ਸੁਣਿਆ ਵੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਤੇ ਇਹ ਤੇ ਮੈਨੂੰ ਦਰਸ਼ਨ ਵੀ ਨਹੀਂ ਦੇ ਰਹੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਫਿਰ ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਜੀਵਨ ਔਰੰਗਜ਼ੇਬ ਏਦਾਂ ਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਹ ਸ਼ਬਦ ਜਿਹੜਾ ਗੁਰਬਾਣੀ 'ਚ ਜਰਦਿਆ ਵਾਂਝ ਰਾਗ ਦੇ ਵਿੱਚ, ਕਿਆ ਖਾਂਦਾ ਕਿਆ ਪਹਿਨਦੇ ਹੋਏ, ਜਾਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸਿਹਤ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਮ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਲਿਣ ਸਭੇ ਟੋਲ ਵਿਨਾਸ਼। ਇਹ ਜਿਹੜਾ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਹ ਸ਼ਬਦ ਉਚਾਰਨ ਕਰਕੇ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ। ਕਹਿੰਦੇ ਉਹ ਬੰਦਿਆਂ ਤੂੰ ਬਾਦਸ਼ਾਹ ਬਣਿਆ ਫਿਰਦਾ ਹੈ, ਕਹਿੰਦੇ ਤੂੰ ਆਪਣੇ ਜੀਵਨ ਨੂੰ ਇਉਂ ਦਿਖਾਉਂਦਾ ਮੈਂ ਬੜੀ ਨਿਮਰਤਾ ਵਾਲਾ ਮੇਰਾ ਜੀਵਨ ਹੈ, ਤੂੰ ਇਉਂ ਦਿਖਾਉਂਦਾ ਮੇਰਾ ਜੀਵਨ ਬੜਾ ਸਿੰਪਲ ਹੈ, ਮੇਰਾ ਜੀਵਨ ਬੜਾ ਸਹਿਜ ਵਾਲਾ ਹੈ, ਪਰ ਅੰਦਰੋਂ ਤੂੰ ਕਪਟ ਦਾ ਭਰਿਆ ਹੋਇਆ। ਬਾਦਸ਼ਾਹ ਜਿਹੜਾ ਔਰੰਗਜ਼ੇਬ ਸੀ ਨਾ, ਟੋਪੀਆਂ ਗੰਢ ਕੇ ਟੋਪੀਆਂ ਬਣਾ ਕੇ ਬਾਜ਼ਾਰ ਵਿੱਚ ਵੇਚਦਾ ਸੀ ਤੇ ਲੋਕਾਂ ਨੂੰ ਇਹ ਦਿਖਾਉਂਦਾ ਸੀ ਵੀ ਮੈਂ ਆਪਣੀ ਕਿਰਤ ਕਰਕੇ ਆਪਣਾ ਘਰ ਬਾਰ ਚਲਾਉਂਦਾ, ਇੱਦਾਂ ਦਾ ਆਪਣਾ ਜੀਵਨ ਰੱਖਿਆ ਸੀ ਉਸਨੇ। ਉਹ ਕੁਰਾਨ ਦੀਆਂ ਆਇਤਾਂ ਨੂੰ ਲਿਖ ਲਿਖ ਕੇ ਉਹਦੇ ਖਰੜੇ ਤਿਆਰ ਕਰਦਾ ਸੀ ਤੇ ਇਹਦੇ ਨਾਲ ਉਹ ਧਰਮੀ ਬਣਨ ਦੀ ਕੋਸ਼ਿਸ਼ ਕਰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਭੇਜਿਆ, ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਗੱਲਾਂ ਕਰਕੇ ਧਰਮੀ ਨਹੀਂ ਬਣਿਆ ਜਾ ਸਕਦਾ। ਜਦੋਂ ਤੱਕ ਤੂੰ ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਅਨੁਸਾਰ ਸ਼ਬਦ ਨਾਲ ਨਹੀਂ ਜੋੜਦਾ, ਤੇਰੇ ਜੀਵਨ ਦੇ ਵਿੱਚ ਉਸ ਕੁਰਾਨ ਮਜੀਦ ਦੇ ਕਹੇ ਅਨੁਸਾਰ ਆਪਣਾ ਜੀਵਨ ਹੀ ਢਾਲਦਾ, ਇਹ ਗੱਲਾਂ ਕਹਿਣੀਆਂ ਉਸ ਵੇਲੇ ਦੇ ਬਾਦਸ਼ਾਹ ਨੂੰ ਇੱਕ ਛੋਟੇ ਜਿਹੇ ਬੱਚੇ ਦੀਆਂ, ਉਸ ਵੇਲੇ ਦੀ ਵੱਡੀ ਗੱਲ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕੰਟਰੀਬਿਊਸ਼ਨ ਸਿੱਖ ਪੰਥ ਲਈ, ਸਿੱਖ ਮਹਾਜਗਤ ਲਈ ਬੜੀ ਵੱਡੀ ਹੈ। ਛੋਟੀ ਉਮਰ
ਪਰ ਉਹ ਜੋਤ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੱਕ ਚੱਲ ਰਹੀ ਸੀ, ਉਸ ਜੋਤ ਨੇ ਐਡੇ ਵੱਡੇ ਕਾਰੇ ਆਪਣੇ ਜੀਵਨ ਦੇ ਵਿੱਚ ਕੀਤੇ ਜਿਨ੍ਹਾਂ ਨੂੰ ਅੱਜ ਆਪਾਂ ਚੇਤੇ ਕਰ ਰਹੇ ਹਾਂ। ਆਓ ਸਾਰੇ ਰਲ ਕੇ ਇੱਕ ਵਾਰੀ ਫਿਰ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਲ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਭੇ, ਸਾਰੇ ਰਲ ਕੇ ਜਪਾਂਗੇ ਫਿਰ ਸਮਾਪਤੀ ਹੈ। ਗੁਰ ਸਮਰੱਥ ਦੇ ਗੁਰ ਸਮਰੱਥ ਸਮਾਪਤੀ ਹੋਵੇਗੀ।